ਆ ਡਾਂਗਾਂ ਲੈ ਕੇ ਆਏ ਉਹਦੀ ਵੀ ਵੀਡੀਓ ਪਈ ਹੈ ਆਪਣੇ ਕੋਲ ਸਾਰੇ ਜਾਣੇ ਪਹਿਲਾਂ ਤਾਂ ਮੇਰੀ ਢੂਹੀ 'ਚ ਡਾਂਗ ਮਾਰੀ ਜਾਂਦੇ ਨੇ ਅੱਛਾ ਜੀ ਮੈਂ ਜਾਂ ਮਗਰ ਨੂੰ ਹੋ ਗਿਆ ਅੱਛਾ ਅਤੇ ਫਿਰ ਸਾਰਿਆਂ ਨੇ ਉਹ ਕੀਤਾ ਇਹ ਵੀ ਆ ਗਏ ਸੀਗੇ ਡੈਡੀ ਹੋਣੀ ਵੀ ਡਾਂਗਾਂ ਮਾਰ ਹਥਿਆਰ ਗੰਡਾਸੇ ਸੀਗੇ ਵੀਡੀਓ ਆ ਇੱਕ ਪਿਸਟਲ ਸੀ ਉਹਨਾਂ ਕੋਲ ਦੋ ਫਾਇਰ ਕੀਤੇ ਆ ਇੱਕ ਫਾਇਰ ਡੈਡੀ 'ਤੇ ਲੱਗਿਆ ਇੱਕ ਮੇਰੇ ਬ੍ਰਦਰ 'ਤੇ ਲੱਗਿਆ ਵਾ ਪੱਟ 'ਤੇ ਤਾਂ ਪੰਜਾਬ ਦੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਛੋਟੀ ਜਿਹੀ ਗੱਲ ਨੂੰ ਲੈ ਕੇ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਗੱਲ ਖੂਨੀ ਝੜਪ ਦੇ ਵਿੱਚ ਬਦਲ ਜਾਂਦੀ ਹੈ। ਤਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਧਿਰਾਂ ਆਪਸ ਦੇ ਵਿੱਚ ਭਿੜ ਜਾਂਦੀਆਂ ਨੇ ਅਤੇ ਇਹ ਭਿੜਨ ਦੇ ਦੌਰਾਨ ਖੂਨੀ ਝੜਪ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਕਿੱਥੋਂ ਦਾ ਇਹ ਪੂਰਾ ਮਾਮਲਾ ਹੈ ਵੇਖਦੇ ਹਾਂ ਰਿਪੋਰਟ ਦੇ ਵਿੱਚ। ਦੱਸ ਦਈਏ ਕਿ ਖੇਤਾਂ 'ਚ ਪਾਣੀ ਲਗਾਉਣ ਦੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਪਸ ਦੇ ਵਿੱਚ ਭਿੜੀਆਂ। ਵਿਵਾਦ ਇੰਨਾ ਵਧਿਆ ਕਿ ਗੱਲ ਫਾਇਰਿੰਗ ਤੱਕ ਪਹੁੰਚ ਗਈ। ਦੋਵੇਂ ਧਿਰਾਂ ਆਪਸ ਦੇ ਵਿੱਚ ਪਰਿਵਾਰ ਹੀ ਹੈ, ਰਿਸ਼ਤੇ ਵਜੋਂ ਚਾਚੇ ਤਾਏ ਲੱਗਦੇ ਨੇ, ਜਿਨ੍ਹਾਂ ਵੱਲੋਂ ਇਸ ਖੂਨੀ ਝੜਪ ਨੂੰ ਅੰਜਾਮ ਦਿੱਤਾ ਗਿਆ। ਇਹ ਪੂਰਾ ਮਾਮਲਾ ਲੁਧਿਆਣਾ ਦੇ ਪਿੰਡ ਚੁਪਕੀ ਤੋਂ ਸਾਹਮਣੇ ਆਇਆ, ਜਿੱਥੇ ਇਸ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਅੱਧੀ ਰਾਤ ਨੂੰ ਦੋਵੇਂ ਧਿਰਾਂ ਆਪਸ ਦੇ ਵਿੱਚ ਉਲਝਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਝੜਪ ਦੌਰਾਨ ਦੋਵੇਂ ਧਿਰਾਂ ਦੇ ਵਿੱਚ ਕਰੀਬ 5 ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ, ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇਸ ਮੌਕੇ ਉੱਤੇ ਪੀੜਿਤ ਨੌਜਵਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਰਿਸ਼ਤੇਦਾਰ ਦੇ ਖੇਤ ਵੀ ਉਹਨਾਂ ਦੇ ਨਾਲ ਲੱਗਦੇ ਨੇ ਅਤੇ ਜਦੋਂ ਬੀਤੀ ਰਾਤ ਯੁਗਰਾਜ ਸਿੰਘ ਖੇਤਾਂ ਨੂੰ ਪਾਣੀ ਲਗਾਉਣ ਦੇ ਲਈ ਜਾ ਰਿਹਾ ਸੀ ਤਾਂ ਇਸ ਦੌਰਾਨ ਉਹਨਾਂ ਰਿਸ਼ਤੇਦਾਰਾਂ ਨੇ ਜਾਣ ਬੁੱਝ ਕੇ ਉਹਨਾਂ ਦੇ ਖੇਤਾਂ ਵੱਲ ਪਾਣੀ ਛੱਡ ਦਿੱਤਾ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਹਨਾਂ ਨੇ ਉਹਨਾਂ ਦੇ ਨਾਲ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ। ਆ ਡਾਂਗਾਂ ਲੈ ਕੇ ਆਏ ਉਹਦੀ ਵੀ ਵੀਡੀਓ ਪਈ ਹੈ ਆਪਣੇ ਕੋਲ ਸਾਰੇ ਜਾਣੇ। ਪਹਿਲਾਂ ਤਾਂ ਮੇਰੀ ਢੂਹੀ 'ਚ ਡਾਂਗ ਮਾਰੀ ਜਾਂਦੇ ਨੇ। ਅੱਛਾ ਜੀ। ਮੈਂ ਜਾਂ ਮਗਰ ਨੂੰ ਹੋ ਗਿਆ। ਅੱਛਾ। ਅਤੇ ਫਿਰ ਸਾਰਿਆਂ ਨੇ ਉਹ ਕੀਤਾ, ਇਹ ਵੀ ਆ ਗਏ ਸੀਗੇ ਡੈਡੀ ਹੋਣੀ ਵੀ ਡਾਂਗਾਂ ਮਾਰਨ ਲੱਗ ਗਏ। ਕਿੰਨੇ ਕੁ ਜਾਣਿਆਂ ਨੇ ਤੁਹਾਡੇ 'ਤੇ ਹਮਲਾ ਕੀਤਾ? ਉਹ ਸੀਗੇ 5 ਜਾਣੇ ਜੀ। 5 ਤੁਹਾਡੇ ਰਿਸ਼ਤੇਦਾਰ? ਹਾਂਜੀ, ਆਪਣੇ ਘਰਾਂ 'ਚੋਂ ਹੀ ਨੇਗੇ। ਅੱਛਾ। ਤਾਏ ਚਾਚੇ ਦੇ ਮੁੰਡੇ ਨੇਗੇ। ਉਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਸੀ? ਹਥਿਆਰ ਗੰਡਾਸੇ ਸੀਗੇ ਵੀਡੀਓ ਆ, ਇੱਕ ਪਿਸਟਲ ਸੀ ਉਹਨਾਂ ਕੋਲ ਅਤੇ ਦੋ ਫਾਇਰ ਕੀਤੇ ਆ, ਇੱਕ ਫਾਇਰ ਡੈਡੀ 'ਤੇ ਲੱਗਿਆ, ਇੱਕ ਮੇਰੇ ਬ੍ਰਦਰ 'ਤੇ ਲੱਗਿਆ ਵਾ ਪੱਟ 'ਚ। ਕਿੱਥੇ ਲੱਗਾ? ਪੱਟ 'ਚ, ਇਹਨਾਂ ਦੇ ਬਾਂਹ 'ਤੇ ਲੱਗਿਆ ਹੋਇਆ, ਅਤੇ ਫਿਰ ਉਹ ਫਾਇਰ ਕਰਕੇ ਭੱਜ ਗਏ ਇੱਧਰੋਂ। ਇਹਨਾਂ ਨੂੰ ਅਸੀਂ ਪਹਿਲਾਂ ਉੱਥੇ ਲੈ ਗਏ ਡੇਲੋ, ਡੇਲੋਂ ਆਪਣੇ ਸਿਵਲ 'ਚ ਥਾਣੇ ਨਾਲ, ਫਿਰ ਉਹਨਾਂ ਨੇ ਇੱਥੇ ਭੇਜਿਆ। ਹੁਣ ਕੀ ਮੰਗ ਕਰਦੇ? ਮੰਗ ਜੀ, ਜੇ ਸਾਡਾ ਬੰਦਾ ਦੇ ਕਿਤੇ ਖਾਉਣ ਟਿਕਾਣੇ ਵੱਜਦੀ, ਸਾਡਾ ਬੰਦਾ ਮੰਗ ਜਾਂਦਾ। ਮੰਗ ਇਹੀ ਆ ਵੀ ਬਸ ਜਾਨਲੇਵਾ ਹਮਲਾ ਕੀਤਾ ਸੀ ਉਹਨਾਂ ਨੇ, ਜਾਨਲੇਵਾ ਹਮਲਾ ਕੀਤਾ ਸੀਗਾ, ਮਾਰਨ ਨੂੰ ਹੀ ਆਏ ਸੀ ਉਹ, ਸਿੱਧੀਆਂ ਗੋਲੀਆਂ ਮਾਰੀਆਂ ਉਹਨਾਂ ਨੇ। ਉਹਦਾ ਸਾਡੇ ਬੰਦਿਆਂ ਦੀ ਬਚਾਅ ਹੋ ਗਿਆ, ਝੁੱਕ ਝੁੱਕ ਗਏ ਪੱਟਾਂ ਪੁੱਟਾਂ 'ਚ ਵੱਜ ਗਈਆਂ। ਉੱਥੇ ਇਸ ਲੜਾਈ ਦੇ ਦੌਰਾਨ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਝੜਪ ਦੇ ਦੌਰਾਨ ਫਾਇਰਿੰਗ ਵੀ ਕੀਤੀ ਗਈ, ਪਰ ਗੋਲੀਆਂ ਉਹਨਾਂ ਨੂੰ ਛੂ ਕੇ ਲੰਘ ਗਈਆਂ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਉਹਦੀ ਦੂਜੇ ਪਾਸੇ ਦੂਜੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਯੁਗਰਾਜ ਸਿੰਘ ਨੇ ਕਰਨਜੋਤ ਸਿੰਘ ਉੱਤੇ ਆਰੋਪ ਲਗਾਇਆ ਕਿ ਉਹ ਖੇਤਾਂ ਦੇ ਵਿੱਚ ਪਾਣੀ ਲਗਾ ਰਹੇ ਸਨ ਅਤੇ ਇਸ ਦੌਰਾਨ ਕਰਨਜੋਤ ਆਇਆ ਅਤੇ ਉਸਨੇ ਪਾਣੀ ਰੋਕਣ ਦੇ ਲਈ ਕਿਹਾ ਗਿਆ। ਇਸ ਦੌਰਾਨ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ।